ਢੇਰ ਸਾਰਾ ਖਰਚ ਹੋਇਆ, ਜ਼ਹਰਾ ਦੇ ਪੁੱਤਰ ਦਾ ਢੇਰ ਸਾਰਾ ਖਰਚ ਹੋਇਆ। ਤੇਰੀ ਨਿਜਾਤ ਵਾਸਤੇ ਅਕਬਰ ਦੇ ਸੀਨੇ ਚੋਂ ਬਰਛੀ ਕੱਢੀ ਹੈ। ਇੱਕ ਹੰਝ ਵੀ ਆ ਜਾਵੇ, ਸੁਬਹ ਤੋਂ ਰੋ ਰਹੇ ਹੈ, ਮੇਰੇ ਬਾਅਦ ਭਾਈ ਨੇ ਮਜ਼ਲੂਮੇ ਕਰਬਲਾ ਦੀ ਸ਼ਹਾਦਤ ਪੜ੍ਹਨੀ ਹੈ, ਤੁਸੀਂ ਰੱਜ ਕੇ ਰੋਣਾ। ਇੱਕ ਹੰਝ ਵੀ ਆ ਜਾਵੇ ਮੇਰੇ ਹਿੱਸੇ ਦੀ, ਮਗਰ ਹੋਵੇ ਖਲੂਸ ਵਾਲੀ, ਜਿਹੜੀ ਤੇਰੇ ਜਿਗਰ ਚੋਂ ਨਿਕਲ ਕੇ ਤੇਰੀ ਅੱਖ ਦੇ ਜ਼ਰੀਏ ਤੇਰੇ ਰੁਖਸਾਰ ਦਾ ਬਾਜ ਹੈ, ਉਸ ਹੰਝ ਵਾਸਤੇ ਰੁਮਾਲ ਆਉਂਦਾ ਮੁਹੰਮਦ ਦੀ ਧੀ ਦਾ। ਹੁਸੈਨ ਦਾ ਬੜਾ ਖਰਚਾ ਹੋਇਆ, ਜਿਹੜੀ ਖਾਕੇ ਸ਼ਿਫਾ ਬਣਾਈ ਹੈ ਮਜ਼ਲੂਮੇ ਕਰਬਲਾ ਤੇਰੇ ਵਾਸਤੇ, ਇਸ ਨੂੰ ਖਾਕੇ ਸ਼ਿਫਾ ਬਣਾਉਣ ਵਾਸਤੇ ਅਕਬਰ ਦੇ ਜਿਗਰ ਦੀ ਰੱਤ ਲੱਗੀ, ਅਬਾਸ ਦੇ ਬਾਜ਼ੂਆਂ ਦਾ ਖੂਨ ਲੱਗਾ, ਜਿਹਨਾਂ ਅਜੇ ਤੱਕ ਹਾਇ ਨਹੀਂ ਕੀਤੀ ਅਲੀ ਅਸਗਰ ਦੇ ਗਰਦਨ ਦਾ ਖੂਨ ਲੱਗਾ। ਹੁਣ ਤੱਕ ਮੈਂ ਮਰਦਾਂ ਦੀ ਗੱਲ ਕੀਤੀ ਹੈ ਤੇ ਥੋੜਿਆਂ ਬੰਦਿਆਂ ਹਾਇ ਕੀਤੀ ਹੈ, ਇਸ ਖਾਕ ਨੂੰ ਖਾਕੇ ਸ਼ਿਫਾ ਬਣਾਉਣ ਵਾਸਤੇ ਹੁਸੈਨ ਦੀ ਧੀ ਦੇ ਕੰਨਾਂ ਦੀ ਰੱਤ ਲੱਗੀ। ਸ਼ਾਮਿਲ ਹੈ ਕਰਬਲਾ ਦੀ ਖਾਕ ਵਿੱਚ ਭਾਈ ਜਾਨ, ਕਰਬਲਾ ਦੀ ਖਾਕ ਵਿੱਚ ਸ਼ਾਮਿਲ ਹੈ ਜ਼ਖਮੀ ਕੰਨਾਂ ਦਾ ਲਹੂ, ਉਸਦੇ ਸਰ ਦਾ ਖੂਨ ਸ਼ਾਮਿਲ ਹੈ, ਜਿਹਦੀ ਚਾਦਰ ਹੱਥਾਂ ਨਾਲ ਨਹੀਂ ਨੇਜ਼ਿਆਂ ਨਾਲ ਲਾ। ਫਜ਼ਾਇਲ ਤੇਰਾ ਜਿਵੇਂ ਦਿਲ ਕਰੇ ਤੂੰ ਉਹਨੂੰ ਸੁਣਿਆ ਤਾਂ, ਪਹਿਲੀ ਤੋਂ ਬਾਅਦ ਹੈ ਕਿ ਫਜ਼ਾਇਲ ਦੇ ਵਿੱਚ ਵੀ ਤਵੱਜੋ ਮਿੰਬਰ ਵਾਲੇ ਵਾਸਤੇ ਹੋਣੀ ਚਾਹੀਦੀ ਹੈ, ਸੱਜੇ ਖੱਬੇ ਦਾ ਖਿਆਲ ਨਹੀਂ, ਮਸਾਇਬ ਵਿੱਚ ਸੱਜੇ ਖੱਬੇ ਨਾ ਡਿੱਠਾ ਕਰੋ। ਹੋ ਸਕਦਾ ਹੈ ਜਿਸ ਜਿਸ ਵਕਤ ਤੇ ਤੂੰ ਸੱਜੇ ਖੱਬੇ ਵੇਖ ਰਿਹਾ ਹੋਵੇਂ, ਉਹ ਵਕਤ ਤੇਰੀ ਇਬਾਦਤ ਹੋਵੇ, ਉਸ ਵਕਤ ਹੀ ਤੇਰੀ ਹੰਝ ਲੁੜਨੀ ਹੋਵੇ ਤੇ ਤੇਰੀ ਬੇਤਵੱਜਗੀ ਦੀ ਵਜ੍ਹਾ ਤੋਂ ਤੇਰੀ ਹੰਝ ਜ਼ਾਇਆ ਹੋ ਜਾਵੇ। ਬੜਾ ਖਰਚਾ ਹੋਇਆ ਭੈਣ ਬਿਰਾਦਾ ਕਰਬਲਾ ਦੇ ਮੈਦਾਨ ਵਿੱਚ, ਤੇਰੇ ਜ਼ਮਾਨਤ ਚਾਹੀਏ ਮਜ਼ਲੂਮੇ ਕਰਬਲਾ। ਇੱਕ ਜੁਮਲੇ ਦਾ ਹੁਕਮ ਹੈ, ਉਹੀ ਪੜ੍ਹ ਕੇ ਮੈਂਬਰ ਬਿਰਾਦੇ ਹਵਾਲੇ ਕਰ ਦੇਵਾਂ। ਕਰਬਲਾ 10 ਮੁਹਰਮ ਦੇ ਦਿਨ ਭੈਣ ਬਿਰਾ ਦੇ ਸਭ ਤੋਂ ਵੱਡੇ ਨੁਕਸਾਨ ਦਾ ਨਾਂ ਅਲੀ ਅਕਬਰ ਹੈ। ਥੱਕ ਕੇ ਨਾ ਸੁਣੀ ਨਿਆਜ਼ ਹੁਸੈਨ, ਜੁਮਲਾ ਔਖਾ ਹੈ, ਮਸਾਇਬ ਔਖਾ ਹੈ, ਕੋਈ ਵੀ ਮਸਾਇਬ ਸੌਖਾ ਨਹੀਂ ਹੁੰਦਾ, ਲੇਕਿਨ ਜਿਹੜਾ ਮਸਾਇਬ ਹੈ ਨਾ ਹੁਸੈਨ ਦੇ ਸੋਹਣੇ ਪੁੱਤਰ ਦਾ, ਇਹ ਬਹੁਤ ਔਖਾ ਹੈ। ਬਿਲਖਸੂਸ ਜਿਹੜੇ ਮੇਰੇ ਜਵਾਨ ਭਾਈ ਬੈਠੇ ਹੋ, ਤੁਹਾਡੀ ਤਵੱਜੋ ਸਿਰਫ ਮਸਾਇਬ ਵਾਲੇ ਪਾਸੇ ਹੋਵੇ, ਇੱਕ ਹੰਝ ਲੁੜ ਪਵੇ ਜ਼ਰੀਆ ਨਿਜਾਤ। ਕਰਬਲਾ 10 ਮੁਹਰਮ ਨੂੰ ਬਹਿਣ ਤੇ ਬਿਰਾ ਦੇ ਸਾਰਿਆਂ ਤੋਂ ਵੱਡੇ ਨੁਕਸਾਨ ਦਾ ਨਾਂ ਹੁਸੈਨ ਦਾ ਪੁੱਤਰ, ਬੋਲੋ ਅਲੀ ਅਕਬਰ। ਇੱਕੋ ਜੁਮਲਾ ਪੜ੍ਹਨਾ, ਫਿਰ ਸਾਰੀ ਗੱਲ ਛੱਡ ਕੇ ਤੁਹਾਡੀ ਜ਼ਿੰਦਗੀ ਗੁਜ਼ਰੀ ਹੈ ਮਸਾਇਬ ਸੁਣਦੇ ਹਾਂ। ਜਿਸ ਅਲੀ ਅਕਬਰ, ਬਈ ਗੁਲਾਮ ਬਾਸ ਅੰਦਾਜ਼ਾ ਕਰਨਾ ਕਿ ਮੈਂ ਕਿਤਨਾ ਮਸਾਇਬ ਛੋੜ ਤੇ ਜੁਮਲਾ ਪੜ੍ਹ ਰਿਹਾ। ਜਿਸ ਅਲੀ ਅਕਬਰ ਬਚਪਨ ਵਿੱਚ ਬੇਮੌਸਮੇ ਅਨਾਰ ਮੰਗੇ ਤੇ ਹੁਸੈਨ ਖਵਾਏ, ਜਿਸ ਬਚਪਨ ਵਿੱਚ ਛਾਲਾ ਹੱਥ ਰਸੀਨੇ ਤੇ ਆ ਜਾਵੇ, ਜਿਸ ਬਚਪਨ ਵਿੱਚ ਬੇਮੌਸਮੇ ਅਨਾਰ ਮੰਗੇ ਹੁਸੈਨ ਖਵਾਏ, ਜਵਾਨੀ ਵਿੱਚ ਕਰਬਲਾ ਪਾਣੀ ਮੰਗਦਾ ਰਿਹਾ ਹੁਸੈਨ ਪਿਵਾ ਹੀ ਨਹੀਂ ਸਕਿਆ। ਮਰਹਬਾ ਮਰਹਬਾ ਮਰਹਬਾ, ਗਿਰੀਆ ਕਬੂਲ ਹੋਵੇ, ਅਜ਼ਾਦਾਰੀ ਕਬੂਲ ਹੋਵੇ। ਜਿਸ ਬਚਪਨ ਵਿੱਚ ਬੇਮੌਸਮੇ ਅਨਾਰ ਮੰਗੇ, ਸ਼ਬੀਰ ਫਰਮਾਇਆ ਅਕਬਰ ਮੌਸਮ ਨਹੀਂ, ਆਤਿਫ ਗੈਬੀ ਦੀ ਆਵਾਜ਼ ਹੈ ਹੁਸੈਨ ਤੇਰਾ ਅਕਬਰ ਕੋਈ ਮੌਸਮਾਂ ਦਾ ਮੁਹਤਾਜ ਹੈ। ਹੁਸੈਨ ਹੱਥ ਵਧਾਇਆ, ਖੁਦਾ ਜਾਣੇ ਹੁਸੈਨ ਦਾ ਹੱਥ ਖੁਦਾ ਦੀ ਜੰਨਤ ਤੱਕ ਗਿਆ ਜਾਂ ਜੰਨਤ ਹੁਸੈਨ ਦੇ ਹੱਥ ਤੱਕ ਆ ਗਈ। ਬੇਮੌਸਮਾ ਅਨਾਰ ਅਲੀ ਅਕਬਰ ਵੀ ਖਾਧਾ, ਹੁਸੈਨ ਵੀ ਖਾਧਾ, ਤੇ ਬਾਦਸ਼ਾਹਜ਼ਾਦਾ ਦੇ ਬਾਬਾ ਜਿਸ ਬੇਮੌਸਮਾ ਖਵਾਇਆ ਉਹਦਾ ਸ਼ੁਕਰ ਅਦਾ ਕਰੀਏ। ਜਦੋਂ ਸਜਦਾ ਸ਼ੁਕਰ ਹੀ ਸਰ ਰੱਖਿਆ ਤੇ ਹੱਥ ਫਿਰ ਗਾਇਬੀ ਦੀ ਆਵਾਜ਼ ਆਈ, ਜਿਹੜਾ ਏਡਾ ਪਿਆਰਾ ਹੀ ਕਦੀ ਮੈਂ ਮੰਗਾ ਤਾਂ ਦੱਸੈ। ਸ਼ਬੀਰ ਫਰਮਾਇਆ ਅਕਬਰ ਹੈ ਤੂੰ ਖਾਲੇ ਕੇ ਅਕਬਰ ਹੈ, ਜਿਤਨੇ ਅਕਬਰ ਮੰਗ ਮੈਂ ਹੁਸੈਨ ਦੇਵਣ ਵਾਸਤੇ ਤੇਰਾ ਮੈਂ ਦਾਰੈਨ ਕੁਰਬਾਨ ਕਰ ਦੇਣਾ। ਅਨਾਰ ਮੰਗੇ ਬੇਮੌਸਮੇ, ਹੁਸੈਨ ਖਵਾਏ, ਪਾਣੀ ਕੋਈ ਬੇਮੌਸਮੀ ਚੀਜ਼ ਹੈ ਕਲੰਦਰੀ ਸਾਹਿਬ? ਪਾਣੀ ਕੋਈ ਐਸੀ ਅਨੋਖੀ ਚੀਜ਼ ਹੈ ਜਿਹੜੀ ਹੁਸੈਨ ਪਿਵਾ ਨਾ ਸਕਦੇ? ਨਹੀਂ ਪੜ੍ਹਨਾ ਕੋਈ ਵਿਦਾ ਅਲੀ ਅਕਬਰ ਦਾ, ਬਸ ਪਿਓ ਜਿਤਨੀ ਦਫ਼ਾ ਟੋਰਿਆ ਬੜਾ ਔਖਾ ਟੋਰਿਆ, ਸਜਾਦ ਬਿਰਾ ਟੋਰਿਆ ਬੜਾ ਔਖਾ ਟੋਰਿਆ, ਭੈਣ ਸਕੀਨਾ ਟੋਰਿਆ ਬੜਾ ਔਖਾ ਟੋਰਿਆ, ਭੁੱਖੀਆਂ ਤੇ ਮਾਵਾਂ ਟੋਰਿਆ ਬੜਾ ਔਖਾ ਟੋਰਿਆ, ਤੇ ਜਦੋਂ ਹਮਲੇ ਤੋਂ ਫੁਰਸਤ ਮਿਲੀ ਹੈ ਤੇ ਆਖਿਆ ਨਾ ਬਾਬਾ ਪਿਆਸ ਲੱਗੀ ਹੈ।
حسین ادن اختیار حجت استعمال کراں پیر دی ٹھوکر مارا زمین جو چشمہ جاری ہوئے، لیکن اکبر حجت دا اختیار استعمال نہیں کرنا، ایک وعدہ نبھاونا ہے رب نال، ایک وعدہ تیری ہنج آ گئی ہے رخسار تائی میں ویکھ رہا، ایک وعدہ نبھاونا ہے اپنے اللہ نال۔ اور علی اکبر میں امام ہو کے پیادا لگا من کوثر دے کنارے تے، ترائے ہستیاں تیری انتظار چ، بابا کون کون؟ فرمائے ایک مالک کوثر، میرا نانا محمد، ایک ساقی کوثر، میرا بابا علی، ایک میری زخمی پاسے علی ماں۔ علی اکبر میں وعدہ پیا کردا، پہلے تو میں آخیا کہ میں تیرے پچھوں نہ آسا، میں تینوں نہ سدے سا، لیکن ہوں وعدہ پیا کردا آسا سہی، مگر اس ویلے جس ویلے توں سدے سا۔ الحمدللہ میں یقین ہے کہ ہوں ہر ازادار جھولی پھیلا لئیے، ہاتھ کھول دے سو تاکہ ایک دفعہ سینے تے آ جا، میں تیرے شمار ماتمیاں چو جائے۔ تھوڑا کھولیں یار اس دے مائک دی، تھوڑا کھولیں، میں دارین قربان کراں، جب تک تو نہ سدے سے ہن میں نہ ساں۔ میدان چ آ کے وعدہ حملہ کیتا، سن دے رہن دے جو کسے آکھے تینوں جنگ یاد ہے، زینب دے خیمے نوں آگ لگ گئی، علی اکبر مڑ کے ڈٹھا تے کسے برچھی ماری، سینے تے ہاتھ رکھ کے تے بابا بابا میلان دا پیا تڑپیے جلنا تجبت مول سیادہ دے کتنا لکھیں تیرے باب دی دی دم اپ گئی ہے آوازان دے جواب دے اکبر مینوں نظر کو مرحبا آوازان دے بولیں کمر تے ہاتھ رکھی ودا ہے تے عرش تے ویکھ آدا ہے ایک سن ضعیفے بیا ملک پرایا تریجا آسرا باج گیا میں ہتھوں بال اجا بخشا کیا تے کیا مرحبا 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 علی دی ادھیاں تری ہائے قبول فرماوے اکبر دا بابا عرش تے ویکھیا دے میرا اللہ ایک سن ضعیفے بیا ملک پرایا تریجا آسرا باج گیا میں ہتھوں باز اودا مرحبا علی دی ادھیاں تری ہائے قبول فرماوے جتنے میرے جوان پھرا بیٹھے ہو سیدہ حسین لگا کے رات بن کے آدا زندگی اچ کدی کہ بڑھڑے دا مذاق نہ بڑھاوے حسین اکبر دا پوچھدا ہے کوئی سجے وعدا ایتے لتھا کوئی کھبے وعدا ایتے لتھا علی اکبر دا گھوڑا ہے جنیاں واگا ٹٹیاں ہویاں حسین دے قدماں تے منہ لا کے آدا ہے میں دسلا تیری بہن دی دولت میری زین وچ شامل ہے لا لئیے میرا وس نہیں چلیا مرحبا مرحبا ہائے ہائے بلند کیتی کر میں بسم اللہ کرا میرا وس نہیں چلیا تیرے اکبر نال ساگ لم دے نہیں پڑھنا بھائی غلام باز مینو احساس ہے نہیں پڑھنا جو کیویں آیا ایک گل کرے لا جویں بھی آیا جوان پتر دے سران دی بڑھڑا پیو آیا ہن میرے تے سوال کرو سیادہ جدا خیمیاں چ ٹرے آئے زینب دا بھرا جوانا میرے تے سوال کرو بڑھڑا کیڑے ویلے ہویا ہے میں غازی دی قسم اس ویلے ہویا ہے ونگریاں زلفا علی اکبر دیا او شہر رات وچ تر دیا ماتم نہیں آندا آئے او ونگریاں زلفا اللہ لعنت اللہ علی القوم الظالمین وصلی علی الذین Thank you.
جزاک اللہ بہت ہی منظور سے مقبول مجلس ہے. دعا ہے مالک اللہ تمام مانیاں دا خرچہ خرجات لنگر نیاز میں ڈنکا بھی صفے عزا بچھایا